ਅੱਜ ਮੌਜੂਦਾ ਜਿਹੜੇ ਵਾਰਡ ਨੰਬਰ 47 ਦੇ ਕੌਂਸਲਰ ਨੇ ਅੱਜ 3 ਤੋਂ 4 ਮਹੀਨੇ ਹੋ ਗਏ ਨੇ ਇੱਥੇ ਟਿਊਬਲ ਬੰਦ ਪਿਆ। ਇਹ ਉਹ ਟਿਊਬਲ ਹੈ ਜਿਹੜਾ ਅਸੀਂ ਪਾਸ ਕਰਾਇਆ ਸੀ 25 ਤੋਂ 35 ਲੱਖ ਰੁਪਏ ਦੀ ਪੈਸੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਵਿਚ ਇਹ ਪਾਸ ਕਰਾਇਆ ਸੀ। ਖੁਸ਼ਕਿਸਮਤ ਹੀ ਵਾਰਡ ਨੰਬਰ 47 ਦੇ ਕੌਂਸਲਰ ਦੀ ਸੀ ਵੀ ਉਹਨੂੰ ਉਦਘਾਟਨ ਕਰਨ ਦਾ ਮੌਕਾ ਮਿਲ ਗਿਆ। ਉਹਨਾਂ ਨੇ ਉਦਘਾਟਨ ਤਾਂ ਕਰਤਾ, ਅੱਜ 3 ਮਹੀਨੇ ਤੋਂ ਹੋ ਗਏ 4 ਮਹੀਨੇ ਟਿਊਬਵੈਲ ਦਾ ਉਦਘਾਟਨ ਹੋ ਗਿਆ, ਪਰ ਉਦੋਂ ਬਾਅਦ ਟਿਊਬਵੈਲ ਚੱਲਿਆ ਨੀ। ਟੈਂਕੀ ਵਾਲੀ ਪਾਰਕ ਚ ਜਿੱਥੇ ਪਿਛਲੇ 5-6 ਮਹੀਨਿਆਂ ਤੋਂ ਇੱਕ ਟਿਊਬਵੈਲ ਜਿਹੜਾ ਨਵਾਂ ਲੱਗਿਆ ਸੀ, ਜਿਨ੍ਹਾਂ ਨੂੰ ਭਾਟੀਆ ਪਰਿਵਾਰ ਜਿਹੜਾ ਪਿਛਲਾ ਕੌਂਸਲਰ ਸੀਗਾ ਉਹਨਾਂ ਵੱਲੋਂ ਮਨਜੂਰ ਕਰਾਇਆ ਸੀ। ਖੁਸ਼ਕਿਸਮਤੀ ਨਾਲ ਇਹਦਾ ਜਿਹੜਾ ਉਦਘਾਟਨ ਆ ਜਿਹੜਾ ਮੌਜੂਦਾ ਕੌਂਸਲਰ ਆ ਨਿਰਮਲ ਕੈੜੇ ਉਹਦੀ ਪ੍ਰਧਾਨਗੀ ਹੇਠ ਹੋਇਆ। ਪਰ ਬੜੇ ਅਫਸੋਸ ਦੀ ਗੱਲ ਆ ਕਿ ਜਦੋਂ ਦਾ ਇਹ ਟਿਊਬਵੈਲ ਚੱਲਿਆ ਵਾ, ਬੜੀ ਬਦਕਿਸਮਤੀ ਵਾਲੀ ਗੱਲ ਆ ਕਿ ਪਹਿਲੀ ਗੱਲ ਸਾਡੇ ਮਹੱਲੇ ਦੇ ਵਿੱਚ ਕੈੜੇ ਦੀ ਪ੍ਰਧਾਨਗੀ ਦੇ ਹੇਠ 2 ਧੜੇ ਬਣੇ। 2 ਧੜਿਆਂ ਦੇ ਵਿੱਚ ਇੱਥੋਂ ਤੱਕ ਗੱਲ ਚਲੇ ਗਈ ਕਿ ਕੋਈ ਪਤਾ ਨਹੀਂ ਸੀ ਲੱਗ ਰਿਹਾ ਵੀ ਕਿਸ ਸਮੇਂ ਕਿਸੇ ਨਾਲ ਵੀ ਕੋਈ ਲੜਾਈ ਬਾਤ ਸ਼ੁਰੂ ਹੋ ਜਾਵੇ, ਜਿਹਦੇ ਵਿੱਚ ਔਰਤਾਂ ਦਾ ਵੀ ਬਹੁਤ ਵੱਡਾ ਦੋਨੇ ਪਾਸੋਂ ਹਾਲ ਇਹ ਹੋਇਆ ਕਿ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਟਿਊਬਵੈਲ ਆ ਲੋਕਾਂ ਨੂੰ ਵਿਸ਼ਵਾਸ ਚ ਲੈ ਕੇ ਇੱਕ ਸਾਜਿਸ਼ ਦੇ ਤਹਿਤ ਇਹਦੇ ਵਿੱਚੋਂ ਮੋਟਰ ਸਮੇਤ ਸਾਰਾ ਜਿਹੜਾ ਸਮਾਨ ਆ ਉਹ ਕੱਢ ਕੇ ਬਾਹਰ ਰੱਖ ਦਿੱਤਾ ਗਿਆ, ਜੋ ਕਿ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ। ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਸਰਕਾਰ ਕੋਈ ਟਿਊਬਵੈਲ ਜਿਹਦੇ 35-40 ਲੱਖ ਰੁਪਇਆ ਅੰਦਾਜ਼ਾ ਕਹਿ ਸਕਦੇ ਕਿੰਨੀ ਕੀਮਤ ਲੱਗਦੀ ਆ, ਅੱਜ ਉਸ ਨੂੰ ਇੰਨਾ ਰੁਪਇਆ ਖਰਚ ਕੇ ਇਹਨੂੰ ਹਾਥੀ ਜਿੱਦਾਂ ਹਾਥੀ ਜਿਹਾ ਬਣਾ ਦਿੱਤਾ ਗਿਆ। ਔਰ ਮਹੱਲੇ ਦੇ ਵਿੱਚ ਜਿਹੜਾ ਉਹ ਰਿਲੈਕਸ ਜਿਹੜਾ ਪਿਆਰ ਨਾਲ ਰਹਿੰਦਾ ਉਹਦੇ ਵਿੱਚ ਵੀ ਜਿਹੜਾ ਕਲੇਸ਼ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਜਿਹੜੇ ਮਹੱਲਿਆਂ ਨਿਵਾਸੀ ਕਿਸੇ ਹੱਦ ਤੱਕ ਬਰਦਾਸ਼ਤ ਨਹੀਂ ਕਰਨਗੇ। ਸਾਡੀ ਇਹ ਪੁਰਜੋ लुधियाना से गुरमीत निज्जर की रिपोर्ट, कैमरामैन रवि शर्मा के साथ फॉक्स.पंजाबी, योर सिटी योर न्यूज।